ਇਹ ਬੇਚਾਰੇ ਗਰੀਬ ਆਪਦਾ ਢਿੱਡ ਭਰਨ ਵਾਸਤੇ ਮਜ਼ਦੂਰੀ ਕਰਕੇ ਇੱਥੇ ਰਹਿੰਦੇ ਨੇ ਅਤੇ ਆਪਦੇ ਬੱਚਿਆਂ ਦਾ ਪੇਟ ਪਾਲਦੇ ਨੇ ਅਤੇ ਅੱਗ ਲੱਗੀ ਹੈ ਅਤੇ ਸਮੇਂ ਦੇ ਨਾਲ ਜੇ ਪਹੁੰਚ ਜਾਂਦੀ ਫਾਇਰ ਬ੍ਰਿਗੇਡ ਸ਼ਾਇਦ ਇਹ ਦੋ ਬੱਚੀਆਂ ਬਚ ਜਾਂਦੀਆਂ ਕਿਉਂਕਿ ਬੱਚਿਆਂ ਨੂੰ ਘਰ ਛੱਡ ਕੇ ਮਜ਼ਦੂਰੀ ਕਰਨ ਵਾਸਤੇ ਗਏ ਸੀ। ਪੂਰਾ ਨੁਕਸਾਨ ਹੋਇਆ, ਨਾ ਕੋਈ ਮਕਾਨ ਰਿਹਾ, ਨਾ ਕੋਈ ਸਮਾਨ ਰਿਹਾ, ਬੱਚੇ ਵੀ ਗਏ ਅਤੇ ਬਹੁਤ ਹੀ ਦੁੱਖ ਹੁੰਦਾ ਹੈ ਕਿ ਕਿੰਨਾ ਵੱਡਾ ਵੱਡੀ ਤਕਲੀਫ ਇਹਨਾਂ ਦੇ ਉੱਤੇ ਆਏ। ਬਲਕਿ ਘਰ 10 ਇਹਨਾਂ ਦੇ ਜੋ ਵੀ ਝੁੱਗੀ ਜੀ ਸੀਗੀ, ਮਕਾਨ ਤਾਂ ਕੀ ਸੀਗੇ, ਕੱਚੇ ਸੀਗੇ, 10 ਪਰਿਵਾਰਾਂ ਦੇ ਇਹਨਾਂ ਦੇ ਕਮਰੇ ਕੁਮਰੇ ਸਾਰੇ ਸੜੇ ਗਏ ਨੇ। ਸੋ ਇਹਨਾਂ ਦੀ ਸਾਰਿਆਂ ਦੀ ਬੇਨਤੀ ਹੈ ਅਤੇ ਮੈਂ ਵੀ ਸਰਕਾਰ ਨੂੰ ਬੇਨਤੀ ਕਰਦੀ ਹਾਂ, ਮੁੱਖ ਮੰਤਰੀ ਨੂੰ ਬੇਨਤੀ ਕਰਦੀ ਹਾਂ, ਇਹ ਇਹਨਾਂ ਲੋਕਾਂ ਦੀ ਮੰਗ ਹੈਗੀ। ਇਹ ਪਰਿਵਾਰਾਂ ਦੇ ਇਹਨਾਂ ਦਾ ਨੁਕਸਾਨ ਹੋਇਆ, ਸਾਰੇ ਪਰਿਵਾਰ ਸਿਰਫ ਕਮਰਾ ਮੰਗਦੇ ਨੇ ਕਿ ਕੁਛ ਕਮਰਾ ਇਸ ਤਰ੍ਹਾਂ ਰਹਿੰਦੇ ਨੇ ਅਤੇ ਅੱਗੇ ਮੀਂਹ ਵੀ ਆਊਗਾ, ਮੌਸਮ ਵੀ, ਅਤੇ ਕੀ ਇਹਨਾਂ ਦਾ ਹਾਲ ਹੋਊਗਾ। ਇਹਨਾਂ ਨੂੰ ਰਾਸ਼ਨ ਕਾਰਡ ਵੀ ਅਸੀਂ ਬਣਾ ਕੇ ਦਿੱਤਾ ਸੀ, ਜੋ ਸਹੂਲਤ ਦਿੱਤੀ ਸੀ ਬਾਲ ਸਾਹਿਬ ਨੇ ਆਪਾਂ ਆਪਣੇ ਵੇਲੇ ਦਿੱਤਾ ਸੀ। ਅੱਜ ਸਾਰੇ ਇਹਨਾਂ ਦੇ ਕਾਰਡ ਕੂਡ ਦੇ ਸਬੂਤ ਸਭ ਕੁਛ ਖਤਮ ਹੋ ਗਿਆ ਅਤੇ ਇਹਨਾਂ ਨੂੰ ਰਾਸ਼ਨ ਵਿਚਾਰਿਆਂ ਨੂੰ ਕੌਣ ਦਊਗਾ। ਸੋ ਮੈਂ ਮੁੱਖ ਮੰਤਰੀ ਨੂੰ ਬੇਨਤੀ ਕਰਦੀ ਹਾਂ, ਨਹੀਂ ਜੋ ਇਹਨਾਂ ਨੂੰ ਮੈਂ ਕਿਹਾ, ਜੋ ਇਹਨਾਂ ਨੂੰ ਇਹ ਮਕਾਨ ਮੁਕੁੰਦ ਦੀ ਗੱਲ ਕਰ ਰਹੇ ਹਾਂ, ਆਪਾਂ ਇਕੱਠੇ ਇਕੁੱਠੇ ਕਰਕੇ ਬਾਕੀ ਲੋਕਾਂ ਨੂੰ ਬੇਨਤੀ ਕਰਕੇ ਜੋ, ਕਿਉਂਕਿ ਪਤਾ ਨਹੀਂ ਇੱਥੇ ਹੁਣ ਕੀ ਇਹਦੇ ਲੀਗਲ ਐਸਪੈਕਟਸ ਕੀ ਹੈਗੇ, ਇਹ ਤਾਂ ਸਰਕਾਰ ਸਾਰਾ ਕੁਛ ਕਰ ਸਕਦੀ ਹੈ ਨਾ ਜੀ।